ਬਾਦਲਾਂ ਦੇ ਚਮਚਿਓ ਜਵਾਬ ਸੁਣਿਓ ਅੱਜ, ਜਿਹੜੇ ਕੌਮ ਦੇ ਸਕੇ ਬਣਦੇ ਹੋ ਨਾ ਤੇ ਬਾਦਲਾਂ ਨੂੰ ਕੌਮ ਪ੍ਰਸਤ ਦੱਸਦੇ ਹੋ ਤੇ ਗਾਲਾਂ ਤੇ ਬੜੀ ਛੇਤੀ ਉਤਰੇ ਆਉਣੇ ਹੋ ਤੇ ਗੱਲ ਤੁਸੀਂ ਪੰਥਕ ਹੋਣ ਦੀ ਕਰਦੇ ਹੋ, ਤੁਹਾਨੂੰ ਅੱਜ ਜਵਾਬ ਦੇਣ ਲੱਗਿਆ। ਤੇ ਜਿਹੜੇ ਬਾਦਲਾਂ ਦੇ ਚਮਚੇ ਨਹੀਂ ਹੈਗੇ ਉਹ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਤੱਕ ਵਾਕੇ ਜਿਹੜਾ ਜਵਾਬ ਪਹੁੰਚ ਜਾਵੇ। ਮੈਂ ਤੁਹਾਨੂੰ ਇੱਕੋ ਕਹਿਣਾ, ਜੇ ਬਾਦਲ ਕਹਿਣ ਜਿਹੜੇ ਕੌਮ ਦੇ ਸਕੇ ਦੱਸਦੇ ਹੋ, ਜੇ ਬਾਦਲ ਕੇ ਕੌਮ ਦੇ ਸਕੇ ਹੁੰਦੇ ਨਾ, ਅੱਜ ਬੰਦੀ ਸਿੰਘ ਜੇਲ੍ਹਾਂ ਚੋਂ ਬਾਹਰ ਹੁੰਦੇ, ਜਿਨ੍ਹਾਂ ਦੀ ਅੱਜ ਰਿਹਾਈ ਦੀ ਗੱਲ ਕਰਦੇ ਆ, ਸੈਂਟਰ 'ਚ ਭਾਈਵਾਲ ਰਹੇ ਨੇ ਤੇ ਅਜੇ ਤੱਕ ਬੰਦੀ ਸਿੰਘ ਜੇਲ੍ਹਾਂ 'ਚ ਨੇ, ਤੇ ਉਹੀ ਹਵਾਰੇ ਦੇ ਖਿਲਾਫ ਇਹੀ ਆਪਣਾ ਸੁਖਬੀਰ ਸਿੰਘ ਬਾਦਲ ਬਿਆਨ ਦਿੰਦਾ ਕਿ ਜੇ ਕਾਤਲ ਕਹਿੰਦਾ ਬਾਹਰ ਆ ਕੇ ਕੌਮ ਨੂੰ ਕੀ ਸੇਧ ਦੇਣਗੇ। ਇਹਨੇ ਗੱਲ ਕਹੀ ਸੀ ਹਵਾਰੇ ਬਾਰੇ ਬੋਲਿਆ। ਬਾਦਲਾਂ ਦੇ ਚਮਚਿਓ ਜਵਾਬ ਸੁਣਿਓ ਅੱਜ, ਜਿਹੜੇ ਕੌਮ ਦੇ ਸਕੇ ਬਣਦੇ ਹੋ ਨਾ ਤੇ ਬਾਦਲਾਂ ਨੂੰ ਕੌਮ ਪ੍ਰਸਤ ਦੱਸਦੇ ਹੋ ਤੇ ਗਾਲਾਂ ਤੇ ਬੜੀ ਛੇਤੀ ਉਤਰੇ ਆਉਣੇ ਹੋ ਤੇ ਗੱਲ ਤੁਸੀਂ ਪੰਥਕ ਹੋਣ ਦੀ ਕਰਦੇ ਹੋ, ਤੁਹਾਨੂੰ ਅੱਜ ਜਵਾਬ ਦੇਣ ਲੱਗਿਆ। ਤੇ ਜਿਹੜੇ ਬਾਦਲਾਂ ਦੇ ਚਮਚੇ ਨਹੀਂ ਹੈਗੇ ਉਹ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਤੱਕ ਵਾਕੇ ਜਿਹੜਾ ਜਵਾਬ ਪਹੁੰਚ ਜਾਵੇ, ਕਿਉਂਕਿ ਬੜੀ ਛੇਤੀ ਗਾਲਾਂ ਤੇ ਉਤਰੇ ਆਉਂਦੇ। ਪਿੱਛੇ ਜੇ ਬਾਦਲਾਂ ਤੇ ਇੱਕ ਗੱਲ ਕਹੀ ਸੀ, ਅੱਜ ਇੱਕ ਵੀ ਗੱਲ ਦਾ ਜਵਾਬ ਦੇ ਦਿਓ ਕਮੈਂਟ ਬਾਕਸ ਦੇ ਵਿੱਚ, ਜਿੰਨੀਆਂ ਗੱਲਾਂ ਤੁਹਾਡੇ ਨਾਲ ਕਰੂੰ ਤੇ ਬਾਦਲ ਕਹਿਣੂ ਬਰੀਕ ਕਰਕੇ ਦਿਖਾਇਓ। ਮੈਂ ਤੁਹਾਨੂੰ ਇੱਕੋ ਕਹਿਣਾ, ਜੇ ਬਾਦਲ ਕਹਿਣੂ ਜਿਹੜੇ ਕੌਮ ਦੇ ਸਕੇ ਦੱਸਦੇ ਹੋ, ਜੇ ਬਾਦਲ ਕੇ ਕੌਮ ਦੇ ਸਕੇ ਹੁੰਦੇ ਨਾ, ਅੱਜ ਬੰਦੀ ਸਿੰਘ ਜੇਲ੍ਹਾਂ ਚੋਂ ਬਾਹਰ ਹੁੰਦੇ, ਜਿਨ੍ਹਾਂ ਦੀ ਅੱਜ ਰਿਹਾਈ ਦੀ ਗੱਲ ਕਰਦੇ ਆ, ਸੈਂਟਰ 'ਚ ਭਾਈਵਾਲ ਰਹੇ ਨੇ ਤੇ ਅਜੇ ਤੱਕ ਬੰਦੀ ਸਿੰਘ ਜੇਲ੍ਹਾਂ 'ਚ ਨੇ, ਤੇ ਉਹੀ ਹਵਾਰੇ ਦੇ ਖਿਲਾਫ ਇਹੀ ਆਪਣਾ ਸੁਖਬੀਰ ਸਿੰਘ ਬਾਦਲ ਬਿਆਨ ਦਿੰਦਾ ਕਿ ਜੇ ਕਾਤਲ ਕਹਿੰਦਾ ਬਾਹਰ ਆ ਕੇ ਕੌਮ ਨੂੰ ਕੀ ਸੇਧ ਦੇਣਗੇ। ਇਹਨੇ ਗੱਲ ਕਹੀ ਸੀ ਹਵਾਰੇ ਬਾਰੇ ਬੋਲਿਆ ਸੀ। ਤੇ ਜੇ ਕਿਤੇ ਇਹ ਕੌਮ ਦੇ ਸਕੇ ਹੁੰਦੇ ਤਾਂ ਮੈਂ ਕਹਿਣਾ ਬਹਿਬਲ ਤੇ ਬਗਰਾੜੀ ਕਾਂਡ ਜਿਹੜੇ ਹੋਏ ਆ ਨਾ, ਤੇ ਸਾਡੇ ਅੰਗ ਖਿਲਾਰੇ ਗਏ ਗੁਰੂ ਸਾਹਿਬ ਦੇ, ਉਹ ਖਿਲਰਦੇ ਨਹੀਂ ਸੀ, ਕਿਉਂਕਿ ਅੱਜ ਨੂੰ ਸਖ਼ਤ ਕਾਨੂੰਨ ਬਣਿਆ ਹੁੰਦਾ। ਅੱਜ ਵੀ ਕਿਸੇ ਸਿਆਸੀ ਪਾਰਟੀ ਦਾ ਯਾਰ ਏਜੰਡਾ ਨਹੀਂ ਹੈ, ਪੰਜਾਬ 'ਚ ਸ਼ਾਂਤੀ ਬਹਾਲ ਕਰਨ ਵਾਸਤੇ ਇੱਕ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਸੀ। ਜੇ ਬਾਦਲ ਕੇ ਕੌਮ ਦੇ ਸਕੇ ਹੁੰਦੇ ਉਹ ਕਾਨੂੰਨ ਬਣਿਆ ਹੁੰਦਾ, ਸਾਡੇ ਗੁਰੂ ਸਾਹਿਬ ਨੂੰ ਜਿਹਨੂੰ ਅਸੀਂ ਪ੍ਰਗਟ ਗੁਰਾਕੀ ਦੇ ਕਹਿੰਦੇ ਹਾਂ, ਉਹਦੇ ਅੰਗ ਖਿਲਾਰਨ ਦੇ ਬਦਲੇ ਦੇ ਵਿੱਚ 307 ਤੇ 302 ਦਾ ਮੁਕੱਦਮਾ ਦਰਜ ਹੋਇਆ ਹੁੰਦਾ ਜਿਹਨੂੰ ਕਾਨੂੰਨ ਬਣਿਆ ਹੁੰਦਾ, ਜੇ ਇਹ ਕੌਮ ਦੇ ਸਕੇ ਹੁੰਦੇ। ਜੇ ਤੁਹਾਡੇ ਬਾਦਲ ਕੇ ਕੌਮ ਦੇ ਸਕੇ ਹੁੰਦੇ ਨਾ, ਅੱਜ ਸ਼ਹੀਦਾਂ ਦੇ ਪਰਿਵਾਰ ਨਾਲ ਰੁਲਦੇ, ਅੱਜ ਜਗਦੇਵ ਸਿੰਘ ਖੁੱਡੀਆਂ ਦਾ ਪਰਿਵਾਰ ਵੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੁੰਦਾ। ਇਹ ਗੱਲ ਕੀ ਹੈ, ਪੱਲੇ ਬੰਨ ਲਿਓ। ਸਰਬਜੀਤ ਸਿੰਘ ਕੀ ਹੈ, ਉਹਦੇ ਬਰਾਬਰ ਮਲੋਏ ਦੇ ਬਰਾਬਰ ਫਰੀਦਕੋਟ ਤੋਂ ਅੱਜ ਅਕਾਲੀ ਦਲ ਕੈਂਡੀਡੇਟ ਨਾ ਦਿੰਦਾ ਜੇ ਕੌਮ ਦਾ ਸਕਾ ਹੁੰਦਾ। ਜੇ ਕੌਮ ਦੇ ਸਕੇ ਹੁੰਦੇ ਤਾਂ ਮੈਂ ਕਹਿੰਦਾ ਜਿਹੜਾ ਕੀ ਹੈ ਬੀਬੀ ਖਾਲੜਾ ਪਿਛਲੀ ਵਾਰ ਇਲੈਕਸ਼ਨ ਹਾਰੀ ਨਾ ਹੁੰਦੀ, ਜਿਹਦੇ ਬਰਾਬਰ ਬੀਬੀ ਜਗੀਰ ਕੌਰ ਖੜੀ ਨਾ ਕੀਤੀ ਹੁੰਦੀ। ਤੇ ਜੇ ਕੌਮ ਦੇ ਸਕੇ ਹੁੰਦੇ ਅੱਜ ਕੌਂਕੇ ਦਾ ਪਰਿਵਾਰ ਅੱਜ ਵੀ ਇਨਸਾਫ ਵਾਸਤੇ ਰੁਲਦਾ ਨਾ ਫਿਰਦਾ ਹੁੰਦਾ, ਜੇ ਬਾਦਲ ਕੇ ਕੌਮ ਦੇ ਸਕੇ ਹੁੰਦੇ। ਜੇ ਬਾਦਲ ਕੇ ਕੌਮ ਦੇ ਸਕੇ ਹੁੰਦੇ ਤਾਂ ਅੱਜ ਨੂੰ ਜਿਹੜੀ ਕੀ ਆ ਸਿੱਖਾਂ ਦੇ ਅੰਦਰ ਖਾਲਿਸਤਾਨ ਦੇ ਨਾਂ ਦੇ ਉੱਤੇ ਜਿਹੜਾ ਪੰਜਾਬ ਦੇ ਵਿੱਚ ਭੰਬਲ ਭੂਸਾ ਪਾ ਕੇ ਸਾਡੇ ਜਵਾਕਾਂ ਨੂੰ ਅੱਜ ਵੀ ਸ਼ਿਕਾਰ ਕੀਤਾ ਜਾ ਰਿਹਾ ਉਸ ਮਗ ਬਣਾ ਕੇ ਆਧਾਰ, ਮੈਂ ਕਹਿੰਦਾ ਅੱਜ ਨੂੰ ਉਹ ਰੌਲਾ ਹੀ ਨਿਬੜਿਆ ਹੁੰਦਾ ਜੇ ਸਾਡੇ ਜ਼ਖਮਾਂ ਤੇ ਮੱਲਮ ਲੱਗੀ ਹੁੰਦੀ। ਉਸੇ ਦਾ ਰੀਕੌਂਸੀਲੇਸ਼ਨ ਕਮਿਸ਼ਨ ਦਾ ਕੋਈ ਵਾਅਦਾ ਕਿਹਨੇ ਕੀਤਾ ਸੀ, ਬਾਦਲ ਕਿਆਂ ਨੇ ਕੀਤਾ ਸੀ, ਕਹਿੰਦੇ ਬਣਾ ਕੇ ਕੀ ਆ ਨਿਚੋੜ ਕੱਢਾਂਗੇ। 97 ਵਾਲੀ ਸਰਕਾਰ ਉਸੇ ਆਧਾਰ ਤੇ ਲੈ ਕੇ ਆਏ ਸੀ, ਅੱਜ ਨੂੰ ਨਿਬੇੜਾ ਹੋਇਆ ਹੁੰਦਾ ਜੇ ਕੀ ਆ ਨਤਾਰਾ ਕਰ ਦਿੱਤਾ ਜਾਂਦਾ ਤੇ ਦੋਸ਼ੀ ਗਰਦਾਨ ਦਿੱਤੇ ਜਾਂਦੇ। ਤੇ ਮੈਂ ਕਹਿਣਾ ਵੀ ਬਾਦਲ ਕੇ ਜੇ ਕੌਮ ਦੇ ਸਕੇ ਹੁੰਦੇ ਤਾਂ ਮੈਂ ਕਹਿਣਾ ਵੀ ਕੌਮ ਨੂੰ ਲਾ ਲਓ ਵੀ 1997 ਚ ਤਿਲਾਂਜਲੀ ਦੇ ਕੇ, ਠੀਕ ਹੈ, ਕਿਹਦੇ ਮਗਰ ਲਾ ਕੇ, ਆਰ ਐਸ ਦੇ ਮਗਰ ਲਾ ਕੇ ਪੰਥਕ ਏਜੰਡੇ ਤੋਂ ਹੀ ਪਾਸੇ ਹੋ ਗਏ। ਉਹ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਪੰਥ ਦੇ ਨਾਂ ਤੇ ਬਣਦੀ ਰਹੀ ਆ, ਤੁਹਾਨੂੰ ਪੰਥ ਦੇ ਨਾਂ ਦੇ ਉੱਤੇ ਪੂਰੇ ਪੰਜਾਬ ਨੇ ਮੱਥਾ ਟੇਕਿਆ। ਉਹ ਲੋਕ ਜਦੋਂ ਵੋਟਾਂ ਪਾਉਣ ਜਾਂਦੇ ਸੀ ਨਾ ਅੰਦਰ, ਠੀਕ ਹੈ, ਉਦੋਂ ਚੱਪਲਾਂ ਤਾਰ ਕੇ ਜਾਂਦੇ ਸੀਗੇ ਵੀ ਪੰਥ ਨੂੰ ਵੋਟ ਪਾਉਣ ਚੱਲੇ ਆ, ਤੇ ਪੰਥ ਦੀ ਕੀ ਆ ਪਿੱਠ 'ਚ ਛੁਰਾ ਮਾਰ ਕੇ ਉਹਨਾਂ ਤੋਂ ਲਾਂਭੇ ਕਿਹੜਾ ਹੋਇਆ ਸੀ 1997 'ਚ ਮੋਗੇ ਦੀ ਕਨਵੈਨਸ਼ਨ 'ਚ, ਇਹੀ ਸੁਖਬੀਰ ਸਿੰਘ ਬਾਦਲ ਜਿਹੜਾ ਮੈਨੇਜਮੈਂਟ ਦੀਆਂ ਡਿਗਰੀਆਂ ਕਰਕੇ ਬਾਹਰੋਂ ਆਇਆ ਸੀ, ਪੰਥਕ ਏਜੰਡੇ ਨੂੰ ਛੱਡਿਆ ਇਹਨੇ ਆਪ ਸੀ ਵੀ ਅਸੀਂ ਪੰਥਕ ਤੇ ਨਹੀਂ ਭਾਈ, ਅਸੀਂ ਪੰਜਾਬ ਦੀ ਪਾਰਟੀ ਹਾਂ। ਤੇ ਜਿਨ੍ਹਾਂ ਨੇ ਮਗਰ ਲੱਗ ਕੇ ਛੱਡਿਆ ਸੀ 1996 'ਚ ਅਟਲ ਬਿਹਾਰੀ ਵਾਜਪਾਈ ਨੂੰ ਤੁਸੀਂ ਮਗਰ ਸਪੋਰਟ ਕੀਤੀ ਸੀ, ਮੈਂ ਕਹਿਣਾ ਕਿ ਉਹ ਬੰਦੇ ਅੱਜ ਵੀ ਹਿੰਦੂਤਵ ਦੇ ਏਜੰਡੇ ਦੇ ਅੱਜ ਵੀ ਆਪਦੇ ਪੱਕੇ ਖੜੇ ਆ, ਤੇ ਤੁਸੀਂ ਆਪਦੇ ਤਿਲਾਂਜਲੀ ਆਪ ਦਿੱਤੀ ਸੀ।
ਤੁਸੀਂ ਕੀ ਸੋਚਦੇ ਸੀ ਕੌਮ 'ਚ ਪੰਥ ਕਿਉਂ ਆ ਕੇ ਕੀ ਹੈ ਕਣੀ ਮੁੱਕ ਗਈ? ਜੇ ਕੌਮ 'ਚ ਪੰਥਕ ਕਣੀ ਦੀ ਘਾਟ ਨਹੀਂ ਹੈ, ਪੰਥਕ ਆਗੂਆਂ ਦੀ ਘਾਟ ਆ। ਪੰਥਕ ਕਣੀ ਜੇ ਖਤਮ ਹੋਈ ਹੁੰਦੀ ਅੱਜ ਸਰਬਜੀਤ ਸਿੰਘ ਮਲੋਆ ਜਿੱਤ ਨਾ ਰਿਹਾ ਹੁੰਦਾ। ਅੱਜ ਜਗਦੇਵ ਸਿੰਘ ਖੁੱਡੀਆਂ ਦੇ ਪਰਿਵਾਰ ਨੂੰ ਲੋਕ ਪਾਰਟੀ ਤੋਂ ਪਿੱਛੇ ਛੱਡ ਕੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਲੋਕ ਦੇਖ ਰਹੇ, ਉਸ ਪਰਿਵਾਰ ਦੀ ਕੁਰਬਾਨੀ ਦੇਖ ਰਹੇ ਆ। ਅੱਜ ਕੀ ਆ ਜਗਦੇਵ ਸਿੰਘ ਖੁੱਡੀਆਂ ਦਾ ਜਿਹੜਾ ਕੀ ਆ ਗਾਹਾਂ ਗੁਰਮੀਤ ਸਿੰਘ ਖੁੱਡੀਆਂ ਪੁੱਤ ਖੜਾ ਹੋਇਆ, ਠੀਕ ਹੈ, ਅੱਜ ਉਹਨੂੰ ਵੀ ਲੋਕ ਜਿਤਾ ਰਹੇ ਆ ਤੁਹਾਡੇ ਖਿਲਾਫ। ਕਿਉਂ ਜਿਤਾ ਰਹੇ ਆ? ਕਿਉਂਕਿ ਉਹ ਕੌਮ ਦੇ ਸਕੇ ਨੇ ਤੇ ਕੌਮ ਖਾਤਰ ਉਹਨੇ ਆਪਦੇ ਗਵਾਏ ਆ। ਅੱਜ ਜਿਹੜੀ ਕੌਮ ਦੀ ਚਿਣਕ ਸਿਲਕਦੀ ਆ ਨਾ ਫਰੀਦਕੋਟ 'ਚ ਦੇਖਦੇ ਆ ਅਸੀਂ, ਤੇ ਤੁਸੀਂ ਪਿੱਠ 'ਚ ਛੁਰਾ ਨਾ ਮਾਰਿਆ ਹੁੰਦਾ ਅੱਜ ਉਹ ਸਾਰੇ ਲੋਕ ਤੁਹਾਡੇ ਨਾਲ ਖੜੇ ਹੁੰਦੇ। ਤੇ ਮੈਂ ਕਹਿੰਦਾ ਜੇ ਤੁਸੀਂ ਕੌਮ ਦੇ ਸਕੇ ਹੁੰਦੇ ਅੱਜ ਨੂੰ ਰਾਜਧਾਨੀ ਜਿਹੜੀ ਚੰਡੀਗੜ੍ਹ ਦਾ ਮਸਲਾ ਵੀ ਹੱਲ ਹੋਇਆ ਹੁੰਦਾ ਸੈਂਟਰ 'ਚ ਭਾਈਵਾਲ ਰਹੇ ਹੋ ਤੁਸੀਂ। ਹੁਣ ਮੈਂ ਤੁਹਾਨੂੰ ਇੱਕ ਗੱਲ ਕਰਦਾ, ਮੋਟੇ ਜੇ ਤੁਹਾਨੂੰ ਕਰਤੂਤਾਂ ਗਿਣਾਉਣਾ, ਠੀਕ ਹੈ, ਫਖਰੇ ਕੌਮ ਜਿਹਨੂੰ ਦਿੱਤਾ ਗਿਆ ਸੀ ਨਾ ਉਹਦੀਆਂ ਕਰਤੂਤਾਂ ਸੁਣ ਲਓ। ਇਹ ਗੱਲ ਸ਼ੁਰੂ ਹੁੰਦੀ ਹੈ 1978 ਜਦੋਂ ਮੈਂ ਕਿਹਾ ਗਦਰੀ ਬਾਬੇ ਕੀ ਆ ਬੂਝਾ ਸਿੰਘ ਦਾ ਮਰਡਰ ਕੀਤਾ ਜਾਂਦਾ, ਕਿਹਦੇ ਰਾਜ ਦੇ ਵਿੱਚ ਕੀਤਾ ਜਾਂਦਾ, ਜਦੋਂ ਇੱਥੇ ਰਾਜ ਕਿਹਦਾ ਹੁੰਦਾ? ਬਾਦਲਕਾ ਰਾਜ ਹੁੰਦਾ। 1978 'ਚ ਨਿਰੰਕਰੀਏ ਗੁਰਬਚਨੇ ਨੂੰ ਗੱਡੀ ਦੇ ਵਿੱਚ ਸ਼ੈਲਟਰ ਕਰਕੇ ਬਾਹਰ ਕੱਢਣ ਵਾਲਾ ਕਿਹੜਾ ਗਾ? ਇਹੀ ਬਾਦਲਕਾ ਲਾਣਾ, ਇਹੀ ਬਾਦਲਕਾ ਲਾਣਾ 78 ਧਾਰਾ ਜਿਹੜੀ ਪਾਣੀ ਦੀ ਸੀ। ਇੰਨੇ ਵਾਰੀ ਸਰਕਾਰ ਨੇ ਕਿ ਉਹਨੂੰ ਚੈਲੇਂਜ ਕਰਨ ਦੀ ਥਾਂ ਤੇ ਇਹਨਾਂ ਨੇ ਜਗ੍ਹਾ ਅਕੁਆਇਰ ਕਰਾਈ ਸੀ SBL ਵਾਸਤੇ, ਤੇ ਜਗ੍ਹਾ ਅਕੁਆਇਰ ਕਰਨ ਤੋਂ ਬਾਅਦ ਇਹੀ ਬਾਦਲ ਮਾਕੇ ਜਿਹੜੇ ਹੈਗੇ ਆ ਇਹਨਾਂ ਨੇ ਜਦੋਂ ਦੇਖਿਆ ਵੀ ਜਟਾਣੇ ਨੇ ਜਦੋਂ ਇੰਜੀਨੀਅਰਾਂ ਦਾ ਮਾਕੇ ਸੋਧਾ ਲਾਉਂਦਾ ਤਾਂ ਉਦੋਂ ਬਾਅਦ ਫਿਰ ਇਹ ਆਪਦੇ ਫੈਸਲੇ ਵਾਪਸ ਲੈ ਕੇ ਸਾਰੀ ਜਗ੍ਹਾ ਵਾਪਸ ਕਰਦੇ ਆ, ਇਹ ਪਾਣੀਆਂ ਦੇ ਮੁੱਦੇ ਦੇ ਵੀ ਦੋਸ਼ੀ ਨੇ। ਉਦੋਂ ਬਾਅਦ ਅਗਲੀ ਗੱਲ ਕਰਦਾ ਮੈਂ, 1984 ਤੋਂ ਬਾਅਦ ਧਾਰਾ 25 ਦੀਆਂ ਪਹਿਲਾਂ ਕੀ ਹੈ ਇਹ ਕਾਪੀਆਂ ਵੀ ਸਾੜਦੇ ਆ ਜਿਹਦੇ ਵਿੱਚ ਸਾਨੂੰ ਕੀ ਹੈ ਹਿੰਦੂ ਗਰਦਾਨਿਆ ਗਿਆ, ਤੇ ਉਦੋਂ ਬਾਅਦ ਉਸੇ ਦੀ ਕੀ ਆ ਤਿਲਾਂਜਲੀ ਦੇ ਕੇ ਉਹ ਸਾਰੇ ਮੁੱਦੇ ਤੋਂ ਕੀ ਆ ਲਾਂਭੇ ਹੋ ਜਾਂਦੇ ਆ। DGP ਸੁਮੇਧ ਸੈਣੀ ਵਰਗਿਆਂ ਨੂੰ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਦਾ ਕਤਲੇਆਮ ਕੀਤਾ, ਉਹ ਬੰਦਿਆਂ ਨੂੰ DGP ਬਣਾਉਣ ਵਾਲੇ ਇਹ ਬਾਦਲਕੇ ਆ, ਤੇ ਇਹੀ ਬਾਦਲਕੇ ਨੇ ਸੁਮੇਧ ਸੈਣੀ ਆ ਜਿਹੜਾ, ਠੀਕ ਹੈ ਨਾ, ਉਹਨੂੰ DGP ਬਣਾਇਆ ਤੇ ਜਹਾਰ ਆਲਮ ਦੇ ਘਰ ਵਾਲੇ ਨੂੰ ਟਿਕਟ ਦਿੰਦਾ ਜਿਹਨੇ ਸਾਡੇ ਸਿੱਖ ਨੌਜਵਾਨਾਂ ਨੂੰ ਫੜ ਫੜ ਕੇ ਕੋਹ ਕੋਹ ਕੇ ਮਾਰਿਆ ਸੀ। ਉਦੋਂ ਬਾਅਦ ਬੇਅਦਬੀ, 1 ਜੂਨ ਨੂੰ ਜਵਾਹਰ ਕੇ ਤੋਂ ਸਾਡੇ ਕੀ ਆ ਮਹਾਰਾਜ ਦਾ ਸਰੂਪ ਚੋਰੀ ਹੁੰਦਾ, 24 ਸਤੰਬਰ ਨੂੰ 10 ਲੱਖ ਰੁਪਇਆ ਨਾਮ ਰੱਖ ਕੇ ਅਗਲੇ ਚੈਲੇਂਜ ਕਰਦਾ ਵੀ ਤੁਹਾਡਾ ਬਾਬਾ ਸਾਡੇ ਕੋਲੇ ਆ ਛਡਾ ਲਓ। ਉਦੋਂ ਗ੍ਰਹਿ ਮੰਤਰੀ ਕੌਣ ਸੀ? ਇਹੀ ਸੁਖਬੀਰ ਸਿੰਘ ਬਾਦਲ ਸੀ। ਉਸ ਤੋਂ ਬਾਅਦ 12 ਅਕਤੂਬਰ ਨੂੰ ਅੰਗ ਖਿਲਾਰੇ ਜਾਂਦੇ ਆ, ਤੇ ਉਸ ਤੋਂ ਬਾਅਦ ਮੁੰਡਿਆਂ ਦੇ ਹੱਥਿਆਂ ਦੇ ਗੋਲੀਆਂ ਵੀ ਚੱਲਦੀਆਂ ਨੇ, ਠੀਕ ਹੈ, ਬਹੁਤ ਕੁਛ ਹੁੰਦਾ। ਤੇ ਮੈਂ ਕਹਿੰਦਾ ਵੀ ਮੈਂ ਦੋਸ਼ੀ ਨਹੀਂ ਮੰਨਦਾ ਇਹਨਾਂ ਨੂੰ, ਚਲੋ ਤੁਸੀਂ ਮੈਂ ਕਿ ਲੋਕ ਕਹਿੰਦੇ ਵੀ ਦੋਸ਼ੀ ਨਹੀਂ, ਠੀਕ ਹੈ ਨਾ, ਬੜੇ ਕੀ ਆ ਇਹਨਾਂ ਦੇ ਚਮਚੇ ਫੀਲੇ ਕਹਿ ਦਿੰਦੇ ਆ, ਪਰ ਉਸ ਮਸਲੇ ਨੂੰ ਸਹੀ ਤਰੀਕੇ ਨਾਲ ਹੈਂਡਲ ਕੀਤਾ ਗਿਆ ਕਿ ਪੁਲਿਸ ਨੂੰ ਅਣਪਛਾਤੀ ਘੋਸ਼ਿਤ ਕਰਤਾ ਯਾਰ ਅੱਜ ਨੂੰ ਕੀ ਆ, ਜਿਨ੍ਹਾਂ ਨੇ ਫੈਰ ਮਾਰੇ ਸੀ 2 ਨੌਜਵਾਨਾਂ ਦੇ ਉਹਨਾਂ ਨੂੰ ਕੀ ਆ ਮੈਂ ਕਹਿੰਦਾ ਡਿਸਮਿਸ ਕਰਕੇ ਉਹਨਾਂ ਦੇ ਬਣਦੀ ਕਾਰਵਾਈ ਕਰ ਦਿੰਦੇ, ਲੋਕਾਂ ਦੀਆਂ ਅੰਦਰਾਂ ਠਰ ਜਾਂਦੀਆਂ ਅੱਜ। ਤੇ ਉਸ ਮਸਲੇ ਨੂੰ ਅਜੇ ਤੱਕ ਕੀ ਆ ਘੜੀਸ ਕੇ ਤੂਲ ਦੇਣ ਵਾਲੇ ਕੀ ਆ ਇਹੀ ਨੇ, ਇਹਨਾਂ ਨੇ ਕੇਸ ਕੀ ਆ ਸ਼ਿਫਟ ਕਰਵਾਏ ਸੀ। ਫਿਰ ਤਾਕਤਾਂ ਦੇ ਜਥੇਦਾਰ ਦਾ ਜਿਹੜੀ ਮੈਂ ਕਿ ਗਰਮਾ ਸੀ ਉਹਨੂੰ ਢਾ ਲਾਉਣ ਵਾਲੇ ਇਹੀ ਬਾਦਲਕੇ ਆ, ਇਹਨਾਂ ਨੇ ਰਬੜ ਦੀ ਸਟੈਂਪ ਵਾਂਗੂ ਵਰਤਿਆ ਉਹਨਾਂ ਨੂੰ, ਠੀਕ ਹੈ। ਮੈਂ ਕਿਵੇਂ ਵਰਤਿਆ ਸਾਰੇ ਜਾਣਦੇ ਹੋ, 9 ਸੈਕਟਰ ਦੀ ਕੋਠੀ ਦੇ ਵਿੱਚ ਸਿੰਘ ਸਾਹਿਬਾਂ ਨੂੰ ਸੱਦ ਕੇ ਮਾਫੀਨਾਮੇ ਦੇ ਸਾਈਨ ਕਰਾਏ ਜਾਂਦੇ ਆ, ਮਾਫੀਨਾਮਾ ਦੇ ਦਿੱਤਾ ਜਾਂਦਾ ਯਾਰ, ਲੱਖ ਲਾਹਣਤਾ, ਠੀਕ ਹੈ ਨਾ, ਅਜੇ ਵੀ ਤੁਸੀਂ ਬਾਦਲਕਿਆਂ ਨੂੰ ਕੌਮ ਦੇ ਸਕੀ ਦੱਸਦੇ ਹੋ। ਚਿੱਟੀ ਸਿੰਘਪੁਰਾ ਦੇ ਵਿੱਚ ਕਾਂਡ ਹੁੰਦਾ 20 ਮਾਰਚ 2000 ਨੂੰ, ਜਿਹਦੇ ਵਿੱਚ 35 ਸਿੰਘਾਂ ਨੂੰ ਗੁਰਦੁਆਰੇ ਦੀ ਕੰਧ ਦੇ ਨਾਲ ਖੜਾ ਕੇ ਜੰਮੂ ਕਸ਼ਮੀਰ ਦੇ ਵਿੱਚ, ਠੀਕ ਹੈ, ਸ਼ਹੀਦ ਕੀਤਾ ਜਾਂਦਾ ਤੇ ਚੁੱਪ ਧਾਰ ਲੈਂਦੇ ਆ। ਸ਼ਰੇਆਮ ਅਮਰੀਕਾ ਦੀ ਏਜੰਸੀ ਕਹਿੰਦੀ ਆ ਕਿ ਮਾਰਿਆ ਕਿਹਨਾਂ ਨੇ ਸੀ, ਉਹ ਆਪ ਦੱਸਦੇ ਆ ਕਿ ਮਾਰਿਆ ਕੀ ਆ ਏਜੰਸੀਆਂ ਵੱਲੋਂ ਮਰਵਾਇਆ ਗਿਆ ਸੀ, ਪਰ ਉਦੋਂ ਸੈਂਟਰ ਦੇ ਵਿੱਚ ਭਾਈਵਾਲ ਸੀ ਇਹ, ਉਦੋਂ ਚੁੱਪ ਕਰਕੇ ਕੌਣ ਬਾਦਲ ਕੇ। 2007 ਦੇ ਵਿੱਚ ਸਾਡੇ ਗੁਰੂ ਸਾਹਿਬ ਦਾ ਸਵਾਗਤ ਧਾਰਿਆ ਜਾਂਦਾ, ਰਜਿੰਦਰ ਸਿੰਘ ਕੰਪਲੇਂਟ ਕਰਦਾ ਉਹਦੇ ਦਬਾਅ ਪਾ ਕੇ ਵਾਪਸ ਕਰਵਾਈ ਜਾਂਦੀ ਹੈ ਕੰਪਲੇਂਟ, ਇਹੀ ਹਰਸਿਮਰਤ ਬਾਦਲ ਦੇ ਵਾਸਤੇ ਕੀ ਆ, ਉਹ ਡੇਰੇ ਵਾਲਿਆਂ ਦੀ ਸਪੋਰਟ ਲੈਣੀ ਸੀ ਸਰਸੇ ਵਾਲਿਆਂ ਦੀ, ਤਾਂ ਉਦੋਂ
ਉਹਨਾਂ ਦੇ ਕੀ ਆ ਉਸ ਕੇਸ ਤੇ ਦਬਾਅ ਬਣਾ ਕੇ ਉਹ ਕੇਸ ਵਾਪਸ ਕਰਵਾਇਆ ਜਾਂਦਾ ਗੁਰੂ ਦੀ ਮਾ ਕੇ ਕੀ ਆ ਜਿਹੜਾ ਸਵਾਂਗ ਧਾਰ ਕੇ ਉਹਨਾਂ ਨੇ ਸਾਡੇ ਗੁਰੂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ। ਸਿੱਖਾਂ ਦੀ ਜਿਹੜੀ ਕਾਲੀ ਸੂਚੀ ਖਤਮ ਕਰਨ ਵਾਸਤੇ ਮਨਮੋਹਨ ਸਿੰਘ ਨੂੰ ਕੀ ਆ ਇੱਕ ਵਫਦ ਮਿਲਦਾ ਜਿਹੜਾ ਜੰਮੂ ਕਸ਼ਮੀਰ ਦੇ ਮਸਲੇ 'ਚ ਜਾਣਾ ਸੀ ਤੇ ਜਾ ਕੇ ਮਨਮੋਹਨ ਸਿੰਘ ਨੂੰ ਮਿਲਦਾ ਕਿ ਕਾਲੀ ਸੂਚੀ ਖਤਮ ਕਰ ਦਿਓ। ਉਹ 'ਚ ਪੰਜੋਲੀ ਸੀ ਜਿਹੜਾ ਅੱਜ ਸ਼ਰੇਆਮ ਦੱਸਦਾ ਇਹਨਾਂ ਦਾ ਸਾਥੀ ਸੀ, ਉਹ ਕਹਿੰਦਾ ਸਾਨੂੰ ਕਿਹਾ ਕੀ ਸੀ ਵੀ ਪਹਿਲਾਂ ਬਾਦਲ ਕਹਿ ਦਿਓ ਕਹਾਲੋ, ਪ੍ਰਕਾਸ਼ ਸਿੰਘ ਵਾਲੇ ਸੁਖਵੀਰ ਸਿੰਘ ਬਾਦਲ ਕਹਿ ਦੇਣ, ਕਹਿੰਦੇ ਅਸੀਂ ਕਾਲੀ ਸੂਚੀ ਖਤਮ ਕਰ ਦਿੰਦੇ ਹਾਂ। ਉਦੋਂ ਬਾਅਦ ਤੁਹਾਡੀਆਂ ਸਰਕਾਰਾਂ ਰਹਿ ਗਈਆਂ ਤੇ ਕਾਲੀ ਸੂਚੀ ਅੱਜ ਵੀ ਜਿਉਂ ਦੀ ਤਿਉਂ ਖੜੀ ਆ। ਬਹੁਤ ਬੰਦੇ ਕੀ ਅਜੇ ਵੀ ਸਾਡੇ ਬਾਹਰ ਜਿਹੜੇ ਉਹਨਾਂ ਟਾਈਮਾਂ 'ਚ ਗਏ ਵੀ ਅਜੇ ਤੱਕ ਵਾਪਸ ਆਉਣ ਜੋਗੇ ਨਹੀਂ ਹੈਗੇ, ਠੀਕ ਹੈ। ਉਸ ਤੋਂ ਬਾਅਦ 1993 ਦੇ ਵਿੱਚ ਕੌਂਕੇ ਸਾਹਿਬ ਦਾ ਕੀ ਆ ਮਰਡਰ ਹੁੰਦਾ ਤੇ ਰਿਪੋਰਟ ਜਿਹੜੀ ਆਉਂਦੀ ਆ, ਉਦੋਂ ਬਾਅਦ ਜਿਹੜੀ ਬੀਬੀ ਤਿਵਾੜੀ ਦਾ ਕਮਿਸ਼ਨ ਆ ਉਹ ਸਾਰੀ ਰਿਪੋਰਟ ਦਿੰਦਾ ਇਹਨਾਂ ਨੂੰ। 27/7/1999 ਨੂੰ ਉਹਦੀ ਰਿਪੋਰਟ ਆ ਜਾਂਦੀ ਆ, ਸਰਕਾਰ ਕੀਤੀ ਸੀ ਬਾਦਲ ਕੀ ਕਾਰਵਾਈ ਹੋਈ ਮੈਨੂੰ ਐਂ ਦੱਸ ਦਿਓ। ਸ਼ਰੇਆਮ ਕੀ ਆ ਕਿ ਕੌਮ ਦਾ ਜਥੇਦਾਰ ਚੱਕ ਕੇ ਖਪਾ ਦਿੱਤਾ ਗਿਆ, ਹਜੇ ਤੁਸੀਂ ਕੌਮ ਦੇ ਸਕੇ ਦੱਸ ਦਿਓ ਯਾਰ ਇਹਨਾਂ ਨੂੰ। ਅਕਾਲੀ ਦਲ ਦਾ ਕਤਲ ਕਰਨ ਵਾਲੇ ਬਾਦਲ ਕੇ ਆ, ਜਿਹੜੇ ਬੰਦੇ ਜਜ਼ਬਾਤੀ ਹੋ ਗਏ ਅੱਜ ਵੀ ਅਕਾਲੀ ਦਲ ਨਾਲ ਖੜੇ ਆ, ਮੈਂ ਉਹਨਾਂ ਨੂੰ ਸਲਾਮ ਕਰਦਾ, ਮੈਂ ਉਹਨਾਂ ਵਾਸਤੇ ਨਹੀਂ, ਪਰ ਜਿਹੜਿਆਂ ਨੇ ਕੀ ਆ ਕੁਛ ਚੰਦ ਅਹੁਦਿਆਂ ਪਿੱਛੇ ਫੀਲੇ ਜਿਹੜੇ ਇਹਨਾਂ ਦੇ ਹੈਗੇ ਚਮਚੇ ਆ, ਜਿਹਨਾਂ ਨੂੰ ਕੁਛ ਅਹੁਦੇ ਦੇ ਕੇ ਕਿਸੇ ਨੂੰ ਕੀ ਆ ਮਾ ਕੇ ਕੋਈ ਦਾਤਾ ਕੋਈ ਘੜਾਮ ਚੌਧਰੀ ਜਿਹੜੇ ਲਾ ਰੱਖਿਆ ਪਿੰਡਾਂ ਦੇ ਵਿੱਚ ਕੀ ਆ ਸਰਪੰਚ ਬਣਾਤੇ ਜਿਹੜੇ ਇਹਨਾਂ ਨੇ, ਉਹ ਬਾਦਲਕਿਆਂ ਦੇ ਗੁਣ ਗਾਉਂਦੇ ਆ। ਮੈਂ ਕਹਿੰਦਾ ਅਕਾਲੀ ਦਲ ਨੂੰ ਜਿਹੜੇ ਅੱਜ ਵੀ ਕੀ ਆ ਦਿਲੋਂ ਸਤਿਕਾਰ ਦੇ ਕੇ ਉਹਨਾਂ ਨਾਲ ਤੁਰਦੇ ਆ ਯਾਰ, ਮੈਂ ਉਹਨਾਂ ਦੀ ਭਾਵਨਾਵਾਂ ਦੀ ਅੱਜ ਵੀ ਕਦਰ ਕਰਦਾ, ਪਰ ਜਿਹੜੇ ਚਮਚੇ ਬਣ ਕੇ ਜੋ ਸੋਸ਼ਲ ਮੀਡੀਆ ਤੇ ਪੰਥਕ ਕਹਾਉਣ ਵਾਲੀ ਪਾਰਟੀ ਵੀ ਕਹਿੰਦੇ ਆ ਪੰਥਕ ਬਣਦੇ ਆ ਤੇ ਮਾਵਾਂ ਪਿਆ ਭੈਣਾਂ ਦੀਆਂ ਗਾਲਾਂ ਤੇ ਬੜੀ ਛੇਤੀ ਉਤਰੇ ਆਉਂਦੇ ਆ, ਜਵਾਬ ਦਿਓ ਇਹਨਾਂ ਗੱਲਾਂ ਦਾ। ਇਹਨਾਂ ਦੇ ਵਿੱਚੋਂ ਤੁਸੀਂ ਬਾਦਲਕਿਆਂ ਨੂੰ ਕਿਹੜੇ ਮੁੱਦੇ ਤੇ ਬਰੀ ਕਰ ਸਕਦੇ ਹੋ, ਮੈਨੂੰ ਇੱਕ ਮੁੱਦਾ ਦੱਸ ਦਿਓ, ਜਵਾਬ ਦੇ ਦਿਓ ਜੇ ਤੁਹਾਡੇ ਕੋਲੇ ਜਵਾਬ ਹੈਗਾ। ਇਹੀ ਮੈਂ ਤੁਹਾਨੂੰ ਕੀ ਆ ਬੇਨਤੀ ਕਰਦਾ ਅੱਜ ਵੀ, ਜਿਹੜੇ ਭਰਾ ਜੁੜੇ ਹੋਏ ਹੋ ਤੇ ਅਕਾਲੀ ਦਲ ਦੇ ਚਮਚੇ ਨਹੀਂ ਹੈਗੇ, ਇਹ ਬਾਦਲਕਿਆਂ ਨੇ ਟੌੜੇ ਅਰਗੇ ਕੀ ਆ ਆਗੂ ਖਤਮ ਕਰਤੇ, ਕੈਪਟਨ ਕਮਲਜੀਤ ਅਰਗੇ ਖਤਮ ਕਰਤੇ ਨੇ, ਕੋਈ ਬੰਦਾ ਕਾਮਯਾਬ ਨਹੀਂ ਹੋਣ ਦਿੱਤਾ। ਕਹਾਵਤ ਕੀ ਆ ਪਿੱਛੇ ਜੇ ਇੱਕ ਬੋਲੀ ਕੀ ਆ ਕਬੀਰ ਨੇ ਪਾਈ ਸੀ, ਕਹਿੰਦਾ ਜਿਹੜੇ ਡਾਣੇ ਤੇ ਪੰਜਾਬ ਫਾਹਾ ਲੈ ਗਿਆ ਤੇ ਲੋਕੀ ਉਹਨੂੰ ਬਾਬਾ ਬੋੜ ਆਖਦੇ। ਇਹ ਬਾਬਾ ਬੋੜ ਨਹੀਂ ਸੀ, ਇਹ ਬਾਬਾ ਕੋੜ ਸੀ ਜਿਹਨੇ ਕੀ ਆ ਪੰਜਾਬ ਨੂੰ ਬਰਬਾਦ ਕਰਤਾ। ਤੇ ਮੈਂ ਕੀ ਆ ਅਕਾਲੀ ਦਲ ਦੇ ਵਿੱਚ ਅਜੇ ਵੀ ਜਿਹੜੇ ਭਰਾ ਦਿਲੋਂ ਜਜ਼ਬਾਤੀ ਹੋ ਕੇ ਸ਼ਾਮਲ ਕੀ ਅਜੇ ਵੀ ਨਾਲ ਖੜੇ ਆ, ਉਹ ਸਵਾਲ ਕਰਨ ਬਾਦਲਕਿਆਂ ਤੇ, ਰੌਲਾ ਕੀ ਆ ਉਹ ਸਿੰਗਣਾ ਫਸਾਉਣ, ਉਹ ਬਾਦਲਕਿਆਂ ਉਹਨਾਂ ਗੱਲਾਂ ਦੇ ਜਵਾਬ ਪੁੱਛਣ ਤੇ ਬਾਦਲਕਿਆਂ ਤੋਂ ਖਹਿੜਾ ਛਡਾ ਲਓ। ਕਿਉਂਕਿ ਅਕਾਲੀ ਦਲ ਮੈਂ ਕਹਿੰਦਾ ਵੀ ਕਹਿੰਦੇ ਹੁੰਦੇ ਨਾ ਵੀ ਉਹ ਆਸ਼ੂਤੋਸ਼ ਮਹਾਰਾਜ ਜਿਹੜਾ ਕੀ ਆ ਨੌਰ ਮਹਿਲੀਆਂ ਦਾ ਅਜੇ ਵੀ ਕੀ ਆ ਸਹਿਕਦਾ, ਕਹਿੰਦੇ 2014 ਦਾ ਮਰਿਆ ਪਿਆ, ਕਹਿੰਦੇ ਵੀ ਉਹ ਪੈਦਾ ਮਾ ਕੇ ਉੱਠੂਗਾ, ਕਹਿੰਦੇ ਜਿਉਂਦਾ ਹੋਊ, ਉਹ ਜਿਉਂਦਾ ਹੋ ਸਕਦਾ ਪਰ ਅਕਾਲੀ ਦਲ ਜਿਉਂਦਾ ਨਹੀਂ ਹੁੰਦਾ ਜਿੰਨਾ ਚਿਰ ਬਾਦਲਕੇ ਨਹੀਂ ਪਾਰਟੀ ਦਾ ਖਹਿੜਾ ਛੱਡਦੇ। ਇਹਨਾਂ ਤੋਂ ਖਹਿੜਾ ਛੜਾ ਲਓ ਜੇ ਅਕਾਲੀ ਦਲ ਜਿਉਂਦਾ ਕਰਨਾ। ਇੰਨੀਆਂ ਕੁ ਬੇਨਤੀਆਂ ਕਰਦਾ ਤੇ ਜਿਹੜੇ ਚਮਚੇ ਨਹੀਂ ਹੈਗੇ ਅਕਾਲੀ ਦਲ ਦੇ ਉਹ ਪੋਸਟ ਸ਼ੇਅਰ ਕਰ ਦਿਓ, ਤੇ ਜਿਹੜੇ ਚਮਚੇ ਹੈਗੇ ਹੋ ਠੀਕ ਹੈ ਫੀਲੇ ਬਣਦੇ ਹੋ ਉਹ ਗੱਲਾਂ ਦਾ ਜਵਾਬ ਦਿਓ, ਇੱਕ ਸਭਿਅਕ ਭਾਸ਼ਾ 'ਚ ਜਵਾਬ ਦਿਓ, ਫਿਰ ਪੰਥਕ ਨਾ ਕਹਾਇਓ, ਠੀਕ ਹੈ ਨਾ। ਜਿਹੜੇ ਮੈਂ ਕਿ ਗਾਲਾਂ ਦੇ ਉੱਤਰੇ ਹੋਣ, ਕਿਉਂਕਿ ਗੁਰੂ ਦੇ ਆਸੇ ਦੇ ਮੁਤਾਬਕ ਜੇ ਤੁਹਾਡੇ ਕੋਲ ਦਲੀਲ ਨਾਲ ਜਵਾਬ ਹੈਗਾ ਤਾਂ ਜਵਾਬ ਜ਼ਰੂਰ ਦਿਓ।